ਬਟ ਜਦੋਂ ਅੱਜ ਅਸੀਂ ਉੱਥੇ ਅੰਦੋਲਨ ਚ ਗਏ ਤੇ ਉਹਨਾਂ ਨੇ ਬੇਸਿਕਲੀ ਢੋਲ ਤੇ ਤਾਂ ਕਾਫੀ ਸਵਾਲ ਜਵਾਬ ਹੋਏ ਤੁਹਾਡੇ ਬਾਰੇ ਗੱਲ ਕਰਨ ਲੱਗੇ ਆ ਵੀ ਜਾ ਕੇ ਸੜਕਾਂ ਤੇ ਬੈਠਣ ਦਾ ਕਿਸੇ ਨੂੰ ਸ਼ੌਂਕ ਨਹੀਂ ਪਹਿਲੀ ਗੱਲ ਪਹਿਲੀ ਗੱਲੇ ਪ੍ਰੋਬਲਮ ਰੇਜ਼ ਜਿੱਦਾਂ ਨਾਟ ਰੇਜ਼ ਕਿ ਪ੍ਰੋਬਲਮ ਆਈ ਕਿਵੇਂ ਪ੍ਰੋਬਲਮ ਕ੍ਰिएशन ਦਾ ਰੀਜ਼ਨ ਕੀ ਆ ਬੇਸਿਕਲੀ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਕਣਕ ਹੁੰਦੀ ਸੀਗੀ ਸਿੱਧੀ-ਸਿੱਧੀ ਬੇਸਿਕਲੀ ਤੇ ਉਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ ਗ੍ਰੀਨ ਰੈਵੋਲੂਸ਼ਨ ਆਇਆ ਪਹਿਲਾਂ ਮੈਕਸੀਕੋ ਚ ਆਇਆ ਮੈਕਸੀਕੋ ਜਿੱਥੇ ਉਹਨਾਂ ਨੇ ਪlant ਕੀਤਾ ਮੈਕਸੀਕੋ ਤੋਂ ਬਾਅਦ ਫਿਰ ਹੋਰ ਕੰਟਰੀਜ਼ ਦੇ ਥਰੂ ਫਿਰ ਇੰਡੀਆ ਆਇਆ ਉਹਦੇ ਨਾਲ ਜਿਹੜਾ ਝੋਨਾ ਆਇਆ ਝੋਨਾ ਆਇਆ ਝੋਨੇ ਨੇ ਠੀਕ ਆ ਪਰ ਉਹਨੇ ਰਿਸੋਰਸਸ ਬਹੁਤ ਯੂਜ਼ ਕੀਤੇ ਜੇ ਤੁਸੀਂ ਇੱਕ ਝੋਨੇ ਨੂੰ 1 ਕਿਲੋ ਝੋਨੇ ਨੂੰ ਮੰਨ ਲਓ ਤੇ ਕਿੰਨਾ ਪਾਣੀ ਲੱਗਦਾ ਦੀਆਂ ਕੈਲਕੂਲੇਸ਼ਨਸ ਉਹ ਵੀ ਅਸੀਂ ਰਿਲੀਜ਼ ਕਰਾਂਗੇ ਬਾਅਦ ਉਹ ਕਿੰਨਾ ਪਾਣੀ ਲੱਗਦਾ ਪਾਣੀ ਦੀ ਬੋਤਲ ਜੇ ਤੁਸੀਂ ਲੈਣ ਜਾਂਦੇ ਹੋ ਤਾਂ ਉਹ ਕਿੰਨੇ ਦੀ ਹੈ ਇਹਦੇ ਨਾਲੋਂ ਤਾਂ ਕਿਸਾਨ ਪਾਣੀ ਕੱਢਦਾ ਹੈ ਬੋਤਲਾਂ ਚ ਪਾਉਂਦਾ ਤੇ ਵੇਚ ਦਿੰਦਾ ਉਹ ਬੈਟਰ ਆਪਸ਼ਨ ਸੀ ਏਟਲੀਸਟ ਉਹਨਾਂ ਪਾਣੀ ਵੇਸਟ ਨਹੀਂ ਸੀ ਹੁਣ